ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੌਜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਛਾਉਣੀ ਨਵਾਬ ਕਪੂਰ ਸਿੰਘ ਜੀ ਦੀ ਛਾਉਣੀ ਸੁਲਤਾਨਪੁਰ ਲੋਧੀ ਦੇ ਵਿੱਚ ਹਾਜ਼ਰ ਨੇ ਅਤੇ ਇੱਥੇ ਅੰਮ੍ਰਿਤ ਵੇਲੇ ਪੁਲਿਸ ਨੇ ਸਵੇਰੇ 4 ਵਜੇ ਪਹਿਲਾਂ ਹਮਲਾ ਕੀਤਾ, 4:30 ਵਜੇ ਅਤੇ ਆ ਕੇ ਝੰਡੇ 'ਤੇ ਸਿੰਘ ਬੈਠੇ ਸੀਗੇ, ਕਈ ਸਿੰਘ ਕੋਈ ਰਗੜਾ ਲਾਉਣ ਲੱਗੇ ਸੀ। ਆ ਕੇ ਪੁਲਿਸ ਨੇ ਸਿੱਧਾ ਉਹਨਾਂ ਦੇ ਉੱਪਰ ਲਾਠੀ ਚਾਰਜ ਕਰਤਾ, ਸਿੱਧਾ ਡਾਂਗ ਫੇਰ ਲੱਗ ਗਈ ਪੁਲਿਸ ਅਤੇ ਫਿਰ ਮੁੜ ਕੇ ਆਪਣੇ ਸਿੰਘ ਮਗਰ ਪੈਣੇ ਪੁਲਿਸ ਦੇ। ਫਿਰ ਪੁਲਿਸ ਨੇ ਬਾਹਰ ਜਾ ਕੇ ਬਾਹਰੋਂ ਅੱਥਰੂ ਗਾਂਸ ਅੰਦਰ ਸੱਟੇ, ਅੰਦਰੂ ਗਾਂਸ ਬਹੁਤ ਆਪਣੇ ਸਿੰਘ ਕਈ ਜ਼ਖਮੀ ਵੀ ਕਰੇ ਨੇ, ਬਾਹਰੋਂ ਪੁਲਿਸ ਨੇ ਰੋੜੇ ਵੀ ਮਾਰੇ ਨੇ। ਅਤੇ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਕਰ ਰਹੇ ਨੇ, ਸਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਅੰਦਰ, ਕਿਉਂਕਿ ਇੱਥੇ ਤਾਂ ਸਾਰੀ ਲਾਈਟ ਵੀ ਬੰਦ ਕਰਤੀ ਪੁਲਿਸ ਨੇ, ਬਾਹਰੋਂ ਕੱਟ ਤੀ। ਅਤੇ ਉਹ ਜਿਹੜੇ ਕਹਿ ਰਹੇ ਨੇ ਵੀ ਪੁਲਿਸ ਦਾ ਬੰਦਾ ਮਾਰਿਆ ਗਿਆ, ਉਹ ਪੁਲਿਸ ਦਾ ਬੰਦਾ ਆਪਣੇ ਸਿੰਘਾਂ ਤੋਂ ਨਹੀਂ ਮਰਿਆ ਹੈਗਾ, ਉਹ ਪੁਲਿਸ ਨੇ ਖੁਦ ਆਪਦਾ ਬੰਦਾ ਮਾਰਿਆ। ਆਪਣੀ ਫੌਜ ਕੋਲ ਤਾਂ ਕਿਸੇ ਕੋਲ ਇੰਨਾ ਸਸਤਰ ਆਸਲਾ ਹੈ ਨਹੀਂ ਸੀਗਾ, ਰੋੜੇ ਸੀਗੇ, ਰੋੜੇ ਚਲਾਏ ਨੇ ਉਹ ਇਹਨਾਂ ਦਾ। ਪੁਲਿਸ ਇੱਧਰਲੇ ਪਾਸੋਂ ਪੁਲਿਸ ਆਈ ਆ ਸਭ ਤੋਂ ਪਹਿਲਾਂ, ਇਹ ਆਪਣਾ ਲੰਗਰ ਲੱਗਾ ਹੋਇਆ, ਲੰਗਰ ਦੇ ਵਿੱਚ ਆ ਕੇ ਪੁਲਿਸ ਜੋੜੇ ਪਾ ਕੇ ਲੰਗਰ ਦੇ ਵਿੱਚ ਵੜੀ ਹੈਗੀ, ਸਾਰਾ ਸਮਾਨ ਇੱਧਰ ਉੱਧਰ ਕਰਕੇ ਸਿੱਟਤਾ। ਇਹ ਇੱਥੇ ਆਪਣੇ ਸਿੰਘ ਬੈਠੇ ਸੀਗੇ ਇਹ ਤੰਬੂ ਦੇ ਸਾਹਮਣੇ, ਇੱਧਰੋਂ ਸਭ ਤੋਂ ਪਹਿਲਾਂ ਪੁਲਿਸ ਆਈ ਆ। ਪੁਲਿਸ ਨੇ ਆਉਣ ਸਾਰੇ ਇੱਥੇ ਸਿੰਘਾਂ ਨੂੰ ਡੇਗ ਲਾ, ਉਹ ਕੁਰਸੀਆਂ ਸਿੱਟੀਆਂ ਪਈਆਂ ਨੇ ਉੱਥੇ ਇੱਦਾਂ ਹੀ, ਉੱਥੇ ਆ ਕੇ ਪਹਿਲਾਂ ਸਿੰਘਾਂ ਨੂੰ ਕੁੱਟਿਆ, ਉੱਥੇ ਆ ਕੇ ਇੱਧਰ ਬਾਬਾ ਜੀ ਬੈਠੇ ਨੇ ਇਹਨਾਂ ਨੂੰ ਜ਼ਖਮੀ ਕਰਤਾ ਪੁਲਿਸ ਨੇ, ਉਹ ਇੱਧਰਲੇ ਪਾਸੇ ਪੁਲਿਸ ਆਈ ਆ ਸਭ ਤੋਂ ਪਹਿਲਾਂ। ਇੱਧਰਲੇ ਪਾਸੇ ਇਹਨਾਂ ਦਾ ਬੰਦਾ ਮਰਿਆ ਹੋਇਆ ਸੀ, ਇਹਨਾਂ ਨੇ ਆਪਣੇ ਆਪ ਹੀ ਆਪਦੇ ਬੰਦੇ ਨੇ ਮਾਰ ਕੇ ਗੋਲੀ, ਅਤੇ ਆਪਣੇ ਆਪ ਹੀ ਮੁੜ ਕੇ ਹੁਣ ਖਬਰਾਂ ਦਵਾ ਰਹੇ ਨੇ ਕਿ ਹਾਂ ਜੀ ਨਿੰਗਾ ਸਿੰਘਾਂ ਨੇ ਹਮਲਾ ਕਰਤਾ। ਨਿੰਗਾ ਸਿੰਘ ਨੇ, ਨਿੰਗ ਸਿੰਘ ਨਹੀਂ ਕਿਸੇ 'ਤੇ ਹਮਲਾ ਕੀਤਾ, ਅਸੀਂ ਤਾਂ ਆਪਣੀ ਛਾਉਣੀ ਦੇ ਵਿੱਚ ਬੈਠੇ ਹਾਂ, ਸਾਡੀ ਤਾਂ ਲੜਾਈ ਪੁਲਿਸ ਨਾਲ ਹੈ ਹੀ ਨਹੀਂ, ਸਾਡੀ ਤਾਂ ਲੜਾਈ ਬਲਵੀਰ ਨਾਲ ਆ ਬਾਜੀਗਰ। ਉਹ ਬਲਵੀਰ ਇਹਨਾਂ ਨੂੰ ਪੁਲਿਸ ਨੂੰ ਕਰੋੜਾਂ ਰੁਪਈਆ ਸਿੱਟ ਰਿਹਾ ਇਹਨਾਂ ਕੋਲ, ਬੋਰੀਆਂ ਭਰ ਭਰ ਪੈਸਿਆਂ ਦੀਆਂ, ਤਾਂ ਪੁਲਿਸ ਚੜ੍ਹ ਚੜ੍ਹ ਕੇ ਆਉਂਦੀ ਆ। ਜੇ ਇਹਨਾਂ ਕੋਲ ਕੋਈ ਹੈਗੀ ਸੀ ਗੱਲਬਾਤ, ਕੋਈ ਸਾਡੇ ਨਾਲ ਗੱਲਬਾਤ ਕਰਦੇ, ਇਹ ਕੀ ਮਤਲਬ ਆ ਬੰਦੇ ਕੁੱਟੇ ਨੇ ਇਹਨਾਂ ਨੇ ਸਾਡੇ, ਇਹਨਾਂ ਕੋਲ ਸ਼ਸਤਰ ਸੀਗੇ, ਇਹਨਾਂ ਨੇ ਆਉਣ ਸਾਰ ਬੰਦੇ ਡਿੱਗ ਲਏ। ਆਹ ਬਾਬਾ ਜੀ ਚੰਡੇ ਦੇ ਬੈਠੇ ਸੀ, ਆਹ ਲਹੂ ਲਹਾਣ ਕਰੇ ਪੈਣੇ, ਹੁਣ ਇਹਨਾਂ ਤੋਂ ਕੋਈ ਮੀਡੀਆ ਵਾਲੇ ਖਬਰ ਲੈਣ ਆਊਗਾ ਇੱਥੇ ਸਾਡੀ ਨਿੰਗਾ ਸਿੰਘਾਂ ਦੀ? ਕੋਈ ਬਾਹਰ ਤਾਂ ਨਿੰਗਾ ਸਿੰਘਾਂ ਦੀ ਉਹ ਪੁਲਿਸ ਦੀ ਤਾਂ ਖਬਰਾਂ ਦਵਾ ਰਹੇ ਨੇ। ਆਹ ਦੇਖੋ ਹੁਣ ਅਸੀਂ ਇਹਨਾਂ ਨੂੰ ਹਸਪਤਾਲ ਜਾਣ ਜੋਗੇ, ਆ ਸਾਰੀ ਗਰਦਨ ਇੱਥੋਂ ਨੀਚੋਂ ਸਾਰਾ ਵੱਢਿਆ ਪਿਆ ਗਾ, ਨੀਚੋਂ ਗਰਦਨ ਵੱਢੀ ਪਈ ਆ, ਸਾਨੂੰ ਬਾਹਰ ਵੀ ਨਹੀਂ ਨਿਕਲਣ ਦਿੰਦੇ, ਹਸਪਤਾਲ ਵੀ ਨਹੀਂ ਲਿਜਾ ਸਕਦੇ। ਆਪਦੇ ਬੰਦਾ ਦੀ ਵੀਡੀਓ ਦਿਖਾਤੀ ਵੀ ਸਾਡੇ ਬੰਦੇ ਨਿੰਗਾ ਨੇ ਜ਼ਖਮੀ ਕਰਤੇ, ਜਿਹੜੇ ਸਾਡੇ ਬੰਦੇ ਇੱਥੇ ਉਹਨਾਂ ਨੇ ਕੁੱਟ ਕੁੱਟ ਕੇ ਸਿੱਟਤੇ, ਕਿੰਨੇ ਬੰਦੇ ਅਧਮਰੇ ਕਰਕੇ ਸਿੱਟਤੇ, ਉਹਨਾਂ ਦਾ ਉਹਨਾਂ ਨੂੰ ਕੌਣ ਪੁੱਛੂਗਾ? ਹੁਣ ਸਾਨੂੰ ਹਸਪਤਾਲ 'ਚੋਂ ਨਹੀਂ, ਉਹਨਾਂ ਨੇ ਆਪਦਾ ਬੰਦਾ ਦਿਖਾਤਾ ਵੀ ਸਾਡਾ ਬੰਦਾ ਮਾਰਤਾ ਜੀ ਨਿੰਗਾ ਨੇ, ਅਤੇ ਇਹ ਸਾਡੇ ਬੰਦੇ ਜ਼ਖਮੀ ਕਰਤੇ, ਨਾਲੇ ਆਪ ਹੀ ਉਹਨਾਂ ਨੇ ਆਪ ਹੀ ਬੰਦਾ ਮਾਰਿਆ, ਆਪਦਾ ਆਪ ਹੀ ਆਪਦਾ ਬੰਦਾ ਮਾਰ ਕੇ ਆਪ ਹੀ ਬਾਹਰ ਸਿੱਟ ਕੇ ਹੁਣ ਦਿਖਾ ਰਹੇ ਨੇ ਵੀ ਭਾਈ ਸਾਡਾ ਬੰਦਾ ਇਹਨਾਂ ਨੇ ਮਾਰਤਾ। ਅਤੇ ਹੁਣ ਫਿਰ ਆਲੇ ਦੁਆਲੇ ਸਾਰੇ ਸੋਣੇ ਨੂੰ ਘੇਰਾ ਪਾ ਰੱਖਿਆ, ਸਾਰੀਆਂ ਨਿੰਗਾ ਸਿੰਘਾਂ ਫੌਜਾਂ ਨੂੰ ਬੇਨਤੀ ਹੈ, ਜਿਹੜੇ ਆਪਾਂ ਆਪਣੇ ਘਰਾਂ 'ਚ ਬੈਠੇ ਆਪਦਾ ਆਪ ਨੂੰ ਵੱਡੇ ਦਲ ਦਾ ਨਾਮ ਲੈ ਕੇ ਕੁਛ ਨਾ ਕੁਛ ਬਣਦੇ ਨੇਗੇ, ਉਹਨਾਂ ਨੂੰ ਬੇਨਤੀ ਵੀ ਇੱਥੇ ਆ ਕੇ ਦੇਖੋ ਪਤਾ ਲੱਗੂਗਾ ਵੀ ਕੀ ਹੁੰਦਾ ਨਿੰਗਾ ਸਿੰਘਾਂ ਵਾਲੀ ਗੱਲਬਾਤ, ਕੀ ਦਲਾਂ ਪੰਥਾਂ ਦੇ ਵਿੱਚ ਰਹਿ ਕੇ ਕੀ ਹੁੰਦਾ ਗਾ। ਇੱਥੇ ਪੁਲਿਸ ਨਿੰਗਾ ਸਿੰਘਾਂ ਨਾਲ ਧੱਕਾ ਕਰੀ ਜਾਂਦੀ ਹੈਗੀ, ਵੱਡੇ ਦਲ ਨਾਲ ਕੱਲ੍ਹ ਨੂੰ ਆ ਕੇ ਹਰੇਕ ਜੋੜ ਮਿਲਿਆ 'ਤੇ ਆਊਗਾ, ਹਰੇਕ ਸਾਡੇ ਨਾਲ ਗੁੱਸੇ ਹੋ ਜਾਂਦਾ, ਹਾਂ ਜੀ ਮੈਨੂੰ ਤਾਂ ਬਾਬੇ ਨੇ ਆਸਣ ਨਹੀਂ ਦਿੱਤਾ ਜੀ, ਮੈਨੂੰ ਬਾਬੇ ਨੇ ਰਸਤ ਵਸਤ ਨਹੀਂ ਦਿੱਤੀ। ਹੁਣ ਇੱਥੇ ਪਤਾ ਲੱਗੂ ਮੋਰਚੇ ਦੇ ਵਿੱਚ ਵੀ ਕਿਹੜਾ ਵੀ ਇੱਥੇ ਲੜਦਾ ਗਾ, ਜੰਗ ਦੇ ਮੈਦਾਨ ਦੇ ਵਿੱਚ ਪਤਾ ਲੱਗਦਾ ਵੀ ਕਿਹੜੀ ਫੌਜ ਆਪਣੀ ਕਿਹੜੀ ਬਗਾਨੀ ਆ। ਇਹਨਾਂ ਨੇ ਪੁਲਿਸ ਨੇ ਦੇਖੋ ਹੁਣ ਇੱਕ ਆਹ ਸਿੰਘ ਹੈਗਾ, ਇਹਦੇ ਪੁਲਿਸ ਵਾਲੇ ਕੋਲ ਵੀ ਗੰਡਾਸੇ ਸੀਗੇ, ਇੱਥੇ ਤੁਸੀਂ ਪਹਿਲੀ ਵਾਰ ਦੇਖਣਗੇ। ਆਹ ਵੇਖੋ ਸਿੰਘ ਦੇ ਤਿਆਰ ਬਰਤਿਆਰ ਫੌਜ, ਅਕਾਲ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਨਵਾਬ, ਕਿੰਨੇ ਸਿੰਘਾਂ ਨੇ ਜ਼ਖਮ ਕੀਤੇ ਨੇ, ਇੱਥੇ ਸਾਰੇ ਆਪਣੀਆਂ ਗੱਡੀਆਂ ਦੇ ਉੱਪਰ ਰੋੜੇ ਮਾਰੇ ਨੇ ਇਹਨਾਂ ਨੇ, ਬਾਹਰੋਂ ਪੁਲਿਸ ਨੇ ਰੋੜੇ ਮਾਰੇ ਨੇਗੇ, ਅੰਦਰ ਗੋਲੀਆਂ ਚਲਾਈਆਂ ਇਹਨਾਂ ਨੇ ਬਾਹਰੋਂ ਫੌਜਾਂ। ਸਾਡੇ ਕੋਲ ਕਿਹੜਾ ਅਸਲਾ ਸੀਗਾ? ਇਹਨਾਂ ਨੇ ਅਥਰੂ ਗੈਸ ਦੇ ਮਾਰੇ ਵੀ ਪਤਾ ਨੀ, ਜਿਵੇਂ ਬਹੁਤ ਅੱਤਵਾਦੀ ਬਣੇ ਹੋਏ ਹੁੰਦੇ ਨੇ, ਅਸੀਂ ਇੱਥੇ ਕਿਹੜੇ ਅੱਤਵਾਦੀ ਆਗੇ, ਗੁਰੂ ਦੀ ਲਾਡਲੀ ਫੌਜਾਂ ਆਪਦੀ ਛਾਉਣੀ ਦੇ ਵਿੱਚ ਅਸੀਂ ਬੈਠੇ ਹੋਏ ਆਗੇ। ਆਹ ਦੇਖੋ ਅਥਰੂ ਗੈਸ ਇਹਨਾਂ ਨੇ ਸਿੱਟੇ ਹੋਏ ਨੇ, ਅਸੀਂ ਤਾਂ ਆਪਦੀ ਛਾਉਣੀ ਦੇ ਵਿੱਚ ਬੈਠੇ ਹਾਂ, ਆਪਦਾ ਪੜਾਗ ਆ ਬੁੱਢੇ ਦਲ ਦਾ। ਪੁਲਿਸ ਦਾ ਤਾਂ ਇੱਥੇ ਮਦਦ ਵੀ ਨਹੀਂ ਮੰਨਦਾ ਵੀ ਪੁਲਿਸ ਆ ਕੇ ਇੱਥੇ ਸਿੰਘਾਂ ਦੇ ਉੱਪਰ ਗੋਲੀ ਚਲਾਵੇ, ਧੱਕਾ ਕਰੇ। ਹੁਣ ਬਾਹਰੋਂ ਖਬਰਾਂ ਦੇਈ ਜਾਂਦੇ ਨੇ ਪੁਲਿਸ ਨੇ ਪੁਲਿਸ ਜ਼ਖਮੀ ਕਰਤੀ, ਨਿੰਗਾ ਸਿੰਘਾਂ ਨੇ ਹਮਲਾ ਕਰਤਾ। ਨਿੰਗਾ ਸਿੰਘ ਤਾਂ ਆਪਦੇ ਪੜਾਅ 'ਤੇ ਬੈਠੇ ਨੇ, ਪੁਲਿਸ ਨੇ ਆ ਕੇ ਹਮਲਾ ਕੀਤਾ, ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ, ਆਉਣ ਸਾਰ ਸਿੰਘਾਂ 'ਤੇ ਡਾਂਗ ਫੇਰਨੀ ਸ਼ੁਰੂ ਕਰਤੀ। ਫਿਰ ਅੱਗੋਂ ਹੁਣ ਸਿੰਘਾਂ ਨੇ ਇਹਦੇ ਹਾਰ ਥੋੜ੍ਹਾ ਪਾਉਣੇ ਸੀਗੇ, ਜਿਨ੍ਹਾਂ ਕੋਲ ਸਿੰਘਾਂ ਕੋਲ ਸ਼ਸਤਰ ਵਸਤਰ ਹੈਗੀ ਸੀ, ਸਿੰਘਾਂ ਨੇ ਵੀ ਸ਼ਸਤਰ ਚਲਾਏ ਨੇ। ਫਿਰ ਮਾੜੇ ਮੋਟੇ ਜਿਹੜੇ, ਹੁਣ ਤਾਂ ਜੰਗ ਦੇ ਵਿੱਚ ਤਾਂ ਦੋਵੇਂ ਪਾਸੇ ਹੁੰਦੇ ਹੀ ਹੁੰਦੇ ਨੇ ਜ਼ਖਮੀ, ਇਹ ਤਾਂ ਹੈ ਨਹੀਂ ਵੀ ਇੱਕ ਬੰਦੇ ਨੂੰ ਮਾਰ ਕੇ ਭੱਜ ਜਾਂਗੇ ਆਪਾਂ। ਜੇ ਮਾੜਾ ਮੋਟਾ ਅਸੀਂ ਨਾ ਜਵਾਬ ਦਿੰਦੇ ਹਾਂ ਤਾਂ ਕਲੇ ਕਲੇ ਨੂੰ ਬੰਨ ਕੇ ਲੈਣ,
ਕਿੰਨੇ ਸਿੰਘ ਸਾਡੇ ਸਵੇਰੇ ਤਿੰਨ ਚਾਰ ਸਿੰਘਾਂ ਨੂੰ ਫੇਰ ਚੱਕ ਕੇ ਲੈ ਗਈ ਪੁਲਿਸ। ਕੀ ਕਸੂਰ ਸੀਗਾ ਉਹਨਾਂ ਦਾ? ਵੀ ਆਪਦੀ ਛਾਉਣੀ 'ਚ ਬੈਠਿਆ, ਵੀ ਆਪਦੇ ਧਰਮ ਵਾਸਤੇ, ਆਪਦੇ ਹੱਕ ਵਾਸਤੇ ਲੜ ਰਿਹਾ, ਇਹੀ ਕਸੂਰ ਸੀਗਾ ਬਸ। ਇਹ ਅਥਰੂ ਕਿੰਨੇ ਸਿੰਘ ਸਾਡੇ ਤਾਂ ਸਵੇਰੇ ਅੰਨੇ ਕਰਤੇ ਨੇ ਮਾਰ ਮਾਰ ਕੇ ਗੋਲੇ, ਹਾਲੇ ਕਹਿੰਦੇ ਸਿੰਘਾਂ ਨੇ ਗੋਲੀ ਚਲਾ ਦੀ। ਦੱਸੋ ਕਿੱਥੇ ਸਿੰਘਾਂ ਨੇ ਗੋਲੀ ਚਲਾਉਣੀ? ਹੁਣ ਫਿਰ ਆਲੇ ਦੁਆਲੇ ਸਾਰੇ ਪੁਲਿਸ ਚੜੀ ਹੋਈ ਆਲੇ ਦੁਆਲੇ, ਤੇ ਸਾਰੀਆਂ ਫੌਜੀ ਦੇ ਵਿੱਚ ਕੋਈ ਮਾੜੀ ਮੋਟੀ ਜ਼ਰੂਰਤ ਹੈਗੀ ਹੈ, ਜਿਹੜਾ ਕੋਈ ਮਾੜਾ ਮੋਟਾ ਜਿਹਦੇ ਅੰਦਰ ਕੋਈ ਜਾਗਦਾ ਗਾ ਉਹ ਆਓ, ਪਹੁੰਚੋ ਸੁਲਤਾਨਪੁਰ ਲੋਧੀ ਗੁਰਦੁਆਰਾ ਛਾਉਣੀ ਦੇ ਵਿੱਚ। ਪਤਾ ਲੱਗੇ ਵੀ ਹਾਂ ਵੀ ਨਿੰਗਾ ਸਿੰਘ ਹੈਣੇ ਆ, ਪੁਲਿਸ ਵਾਲੇ ਕੱਲ ਨੂੰ ਘੇਰ ਘੇਰ ਕੇ ਤੁਹਾਨੂੰ ਮਾਰਨ ਲੱਗ ਜਾਣਗੇ, ਨਿੰਗਾ ਸਿੰਘਾਂ ਨੂੰ ਤੁਹਾਨੂੰ ਘਰੋਂ ਕੱਢ ਕੱਢ ਕੇ ਕੁੱਟਣਗੇ, ਮਾਰਨਗੇ ਇੱਕ ਦਿਨ ਇਹ ਜੇ ਤੁਹਾਡਾ ਨਾਂ ਇਹਨਾਂ ਨੇ ਤੇ ਦਬਕਾ ਬਣਾਇਆ ਤੇ। ਹੁਣ ਟਾਈਮ ਆ, ਜੇ ਕਿਸੇ ਦੇ ਵਿੱਚ ਮਾੜੀ ਮੋਟੀ ਜ਼ਮੀਰ ਹੈਗੀ ਆ, ਕੋਈ ਮਾੜਾ ਮੋਟਾ ਬੋਲਣ ਤੇ ਕਿਸੇ ਦੇ ਹੈਗੀ ਆ ਕਿ ਮਨ ਦੇ ਵਿੱਚ ਚੌ ਸਿੱਧੀਆਂ ਪਾਉਣ ਦਾ, ਉਹ ਪਹੁੰਚ ਜਾਓ ਇੱਥੇ। ਬਾਕੀ ਜਿਹਨੇ ਫਿਰਨ ਆਲ ਦੁਆਲੇ ਫਿਰੀ ਜਾਓ, ਕੋਈ ਬਲਵੀਰ ਮਾਂਗਰ ਕੋਈ ਪੁਲਿਸ ਵਾਲਿਆਂ ਤੋਂ ਡਰਦਾ ਮਾਰਾ, ਜਿਹੜੇ ਵਿੱਚ ਪੂੰਛ ਦੇ ਕੇ ਚੱਡਿਆਂ 'ਚ ਪੂੰਛ ਦੇ ਕੇ ਬੈਠੇ ਨੇੜੇ ਘਰਾਂ 'ਚ, ਉਹ ਬੈਠੇ ਰਹੋ, ਕੋਈ ਗੱਲ ਨਹੀਂ। ਫੌਜਾਂ ਦਾ ਹੁਣ ਇੱਥੇ ਮੋਰਚਾ ਲਾ ਕੇ ਬਹਿ ਗਏ ਵੀ ਪੁਲਿਸ ਨੂੰ ਵੀ ਅਸੀਂ ਇਹ ਚੇਤਾਵਨੀ ਦਿੱਤੀ ਸਵੇਰੇ, ਅਲੋਸਮੈਂਟ ਵੀ ਕਰਤੀ, ਅਤੇ ਕੱਲ੍ਹ ਅਖਬਾਰ ਦੇ ਅਸੀਂ ਖਬਰ ਵੀ ਦੇ ਤੀ ਕੱਲ੍ਹ, ਅਸੀਂ ਨੇ ਪੀ ਟੀ ਸੀ ਨਿਊਜ਼ ਵਾਲੇ ਆਏ ਸੀ, ਉਹਨਾਂ ਨੂੰ ਦੱਸਤਾ ਵੀ ਭਾਈ ਦੇਖੋ ਸਾਡਾ ਨਿੰਗਾ ਸਿੰਘ ਦਾ ਆਪਸੀ ਗੱਲਬਾਤ ਆ ਸਾਡੀ, ਅਸੀਂ ਆਪਸ ਵੀ ਪੁਲਿਸ ਇੱਥੇ ਆ ਕੇ ਕੋਈ ਗੱਲਬਾਤ ਨਾ ਕਰੇ। ਪੁਲਿਸ ਦੀ ਗੱਲਬਾਤ ਇਹ ਹੁੰਦੀ ਆ ਵੀ ਉਹ ਆ ਕੇ ਦੋਨਾਂ ਧਿਰਾਂ ਨੂੰ ਪੁੱਛਣ, ਐਂ ਨਹੀਂ ਹੁੰਦਾ ਵੀ ਇੱਕ ਧਿਰ ਤੋਂ ਪੈਸੇ ਕਾਲੇ ਦੂਸਰੀ ਧਿਰ ਨੂੰ ਮਾਰ ਮਾਰ ਕੇ ਸੁੱਟ ਦਿਓ। ਆਹ ਹੁਣ ਸਾਡੇ ਕੋਲ ਖਬਰ ਆਈ ਆ, ਕਹਿੰਦੇ ਵੀ ਭਗਵੰਤ ਮਾਨ ਨੇ ਹੁਕਮ ਦਿੱਤਾ ਵੀ ਭਾਈ 11 ਵਜੇ ਤੱਕ ਜੇ ਛਾਉਣੀ ਵਿਹਲੀ ਕਰ ਦਿੰਦੇ ਤਾਂ ਠੀਕ ਆ, ਵੀ ਨਹੀਂ ਇਹਨਾਂ 'ਤੇ ਗੋਲੀ ਚਾਰਜ ਕਰ ਦਿਓ, ਗੋਲੀ ਚਲਾ ਦੇਣੀ ਇਹਨਾਂ 'ਤੇ, ਗੋਲੀ ਚਲਾ ਤਾਂ ਦਿਓਗੇ ਫਿਰ ਗੋਲੀ ਚਲਾ ਕੇ ਸ਼ਹੀਦਾਂ ਸਿੰਘ ਤੁਹਾਨੂੰ ਨਹੀਂ ਦੱਬਣਗੇ, ਵਿੱਚ ਭਗਵੰਤ ਮਾਨ ਨੂੰ ਵੀ ਸਾਡੀ ਇਹ ਵੀ ਚੇਤਾਵਨੀ ਆ ਵੀ ਕੋਈ ਗੱਲ ਨਹੀਂ ਗੋਲੀ ਤਾਂ ਚਲਾ ਲਓਗੇ। ਇਹਨਾਂ ਕਿਸੇ ਨੂੰ ਮੁੱਕਣ ਵਾਲੀ ਨਹੀਂ ਹੈਗੀ ਵੀ ਤੁਸੀਂ ਕਿਤੇ ਸੋਚਦੇ ਵੀ ਹਾਂ ਵੀ ਅਸੀਂ ਇੱਥੇ ਗੋਲੀ ਚਲਾ ਕੇ ਆਹ ਸਾਨੂੰ ਮਾਰ ਲਓਗੇ 40-50 ਨੂੰ, ਇਹ ਤਾਂ ਨਵੇਂ ਜੰਮੀਏ ਜਾਣਗੇ, ਪੈਦਾ ਹੋਈ ਜਾਣਗੇ, ਕੱਲ੍ਹ ਨੂੰ ਤੁਹਾਨੂੰ ਵੀ ਹੱਥ ਪਾਉਣਗੇ ਫਿਰ। ਚੱਲ ਰਹੀ ਆ ਵੀ ਨਹੀਂ ਇੱਕ ਦਿਨ ਤੇਰੀ ਵੀ ਆ ਜਾਣੀਆਂ, ਨਿੰਗਾ ਸਿੰਘਾਂ ਨੇ ਵੀ ਚਲਾਕੀ ਜਿਹਾ ਕਰਦਾ ਫਿਰਦਾ ਸੀਗਾ, ਕਿੰਨੇ ਤਾਂ ਵੱਡੇ ਦਲ ਦੇ ਜਥੇ ਯਾਰ ਮਾਰਦੇ, 4-5 ਵੱਡੇ ਦਲ ਦੇ ਜਥੇ ਯਾਰ ਮਾਰਦੇ, ਤਾਂ ਤੇਰਾ ਇੱਕ ਦਿਨ ਅੰਤ ਹੋਣਾ ਹੀ ਹੋਣਾ ਗਾ, ਪਰ ਅੰਤ ਤਾਂ ਸਭ ਦਾ ਹੋਣਾ, ਪਰ ਜਿਹੜਾ ਤੇਰਾ ਅੰਤ ਹੋਊਗਾ ਉਹ ਦੋ ਲੋਕ ਫਿਰ ਕੱਲ ਨੂੰ ਜਥੇ ਯਾਰਾਂ ਤੇ ਆ ਕੇ ਦੋਸ਼ ਲਾਉਣੇ। ਆ ਦੇਖੋ ਸਾਰੇ ਆਲੇ ਦੇ ਪੁਲਿਸ ਆ ਕੇ ਖੜੀ ਹੈਗੀ ਪੁਲਿਸ, ਹਾਂ ਕੱਲ ਨੂੰ ਸਾਡੇ ਨਾਲ ਕਿਤੇ ਉੱਥੇ ਮੈਨੂੰ ਤਾਂ ਜੀ ਲੰਘ ਨਹੀਂ ਹੈਗਾ। ਆਹ ਦੇਖੋ ਆਹ ਗੱਡੀ ਭੰਨੀ ਵੀ ਆ, ਇਹ ਹੁਣ ਅਸੀਂ ਤਾਂ ਕਹਿੰਦੇ ਵੀ ਪੁਲਿਸ ਵਾਲਿਆਂ ਨੇ ਨਿੰਗਾ ਸਿੰਘਾਂ ਨੇ ਹਮਲਾ ਕਰਤਾ, ਆਹ ਅਸੀਂ ਆਪਦੀ ਗੱਡੀ ਅਸੀਂ ਆਹ ਭੰਨੀ ਆ, ਇਹ ਪੁਲਿਸ ਵਾਲਿਆਂ ਨੇ ਦੇਖੋ ਰੋੜੇ ਚਲਾਏ ਹੋਏ, ਗੋਲੀਆਂ ਚਲਾਈਆਂ ਹੋਈਆਂ ਇੱਥੇ, ਲੰਬੂ ਦੀ ਦਿਖਾਈ, ਸਾਰਾ ਹੀ ਦਿਖਾਈ ਆ, ਕਿੰਨੇ ਸਿੰਘ ਸਾਰਾ ਦਿਖਾਤਾ ਬਾਬਾ ਜੀ, ਸਾਰਾ ਦਿਖਾ ਕੇ ਆਏਗਾ, ਸਾਰਾ ਦਿਖਾ ਕੇ ਆਇਆ ਵੀ ਹੁਣ ਇਹਨਾਂ ਨੂੰ ਅਸੀਂ ਕਿੱਥੇ ਲੈ ਕੇ ਜਾਈਏ, ਕਿਹੜੇ ਹਸਪਤਾਲ 'ਚ ਲੈ ਕੇ ਜਾਈਏ, ਆਹ ਸਿੰਘ ਜਿਹੜੇ ਜ਼ਖਮੀ ਕਰਤੇ ਬਾਬਾ ਜੀ, ਸਾਰਾ ਦਿਖਾ, ਮੈਂ ਪਹਿਲਾਂ ਦਿਖਾ ਕੇ ਗਿਆ ਸਾਰਾ, ਆਹ ਸਾਰਾ ਉੱਪਰ ਵੀ ਸਿਰ ਦੇ ਵਿੱਚ ਜ਼ਖਮ ਹੈਗਾ, ਹੋਰ ਸਿੰਘ ਕਿੰਨੇ ਨੇ, ਅੱਧੇ ਸਿੰਘ ਅੰਦਰ ਬੈਠੇ ਨੇਗੇ ਜਿਨ੍ਹਾਂ ਨੂੰ ਕੁੱਟਿਆ ਇਹਨਾਂ ਨੇ, ਹਜੇ ਵੀ ਪੂਰੇ ਕੱਲਾ ਨਿੰਗਾ ਸਿੰਘਾਂ ਨੂੰ ਨੀ, ਹੋਰ ਵੀ ਜਿਹੜੇ ਆਪਦੇ ਆਪਣੇ ਸਿੱਖ ਕਹਾਉਣ ਵਾਲੇ ਨੇ ਵੀ ਉਹ ਤੁਹਾਨੂੰ ਕੱਲ ਨੂੰ ਘਰਾਂ 'ਚੋਂ ਕੱਢ ਕੱਢ ਕੇ ਮਾਰੂਗੀ ਪੁਲਿਸ, ਇਹ ਪੁਲਿਸ ਵੀ, ਪੁਲਿਸ ਕਿਹੜਾ ਬਗਾਨੀ ਆ, ਪੁਲਿਸ ਵੀ ਸਾਲੇ ਸਿੱਖਾਂ ਦੇ ਜਵਾਕ ਨੇ, ਵੀ ਸਾਰੇ ਪੱਗਾਂ ਵਾਲੇ ਨੇਗੇ, ਪੱਗਾਂ ਲਿਆ ਕੇ ਪੱਗਾਂ ਵਾਲਿਆਂ ਨੂੰ ਮਾਰ ਰਹੇਗੇ, ਪੈਸੇ ਦੀ ਦੇਖ ਲਓ ਕਿੱਡੀ ਤਕੜੀ ਖੇਡ ਬਣ ਗਈ, ਬਲਵੀਰ ਨੇ ਇਹਨਾਂ ਨੂੰ ਪੈਸਾ ਸੱਟਾ, ਬੋਰੀਆਂ ਦੀਆਂ ਬੋਰੀਆਂ ਬੱਸਾਂ 'ਚ ਆ ਕੇ ਸਿੰਘਾਂ 'ਤੇ ਇਹਨਾਂ ਨੇ ਹਮਲਾ ਕਰਤਾ ਸਵੇਰੇ, ਕੋਈ ਗੱਲ ਨਹੀਂ, ਕਿੰਨਾ ਕੁ ਦਿਨ ਪੈਸਾ ਚੱਲ ਜੂਗਾ ਤੁਹਾਡਾ, 10 ਸਾਲ ਚਲਾ ਲਓਗੇ, 20 ਸਾਲ ਪੈਸੇ ਨਾਲ ਚਲਾ ਲਓਗੇ, ਮੁੜ ਕੇ ਮਹਾਰਾਜ ਨੇ ਤੁਹਾਨੂੰ ਇਹੋ ਜਿਹੀ ਸੱਟ ਮਾਰਨੀ ਵੀ ਤੁਸੀਂ ਨਾ ਇੱਥੋਂ ਦੇ ਨਾ ਉੱਥੋਂ ਦੇ ਕਿਤੇ ਜੋਗੇ ਨਹੀਂ ਰਹਿਣਾ ਤੁਸੀਂ। ਮੋਰਚਾ ਲੱਗਿਆ ਹੋਇਆ ਸਾਰੀ ਫੌਜ, ਫਿਰ ਬੇਨਤੀ ਕਰਦਾ ਵੀ ਹੈਗਾ ਕੋਈ ਕਿਸੇ ਮਾੜੀ ਮੋਟੀ ਕਣਕ ਪਹੁੰਚੋ ਇੱਥੇ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਹ ਬੰਦੇ ਦੇਖਦੇ ਜੀ, 50 ਬੰਦੇ ਟੁੱਟੇ ਨੀ, ਨਾਲ ਦੀ ਨਾਲ ਦੇਖਦੇ ਰਹੇ ਬਾਬੇ।